ਅੱਛਾ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਮੇਰੀ ਪ੍ਰੀਵੀਅਸ ਵੀਡੀਓ ਲੁਇਲਿਸਟ ਕਾਲਜ ਰਜਿਸਟ੍ਰੇਸ਼ਨ ਜਰੂਰ ਦੇਖੀ ਹੋਏਗੀ ਜਿਸ ਦੇ ਵਿੱਚ ਮੈਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੋ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਉਹ ਆਪਣੇ ਬਿਹਾਫ ਤੇ ਆਪ ਦੇ ਨੋਲਜ ਦੇ ਅਕੋਰਡਿੰਗ ਐਕਸਪਲੇਨ ਕੀਤਾ ਹੈ ਅਤੇ ਫਾਰਮ ਫਿਲ ਆਊਟ ਕਰਕੇ ਦੇਖਿਆ ਸੀਗਾ ਬਟ ਉਸ ਦੇ ਵਿੱਚ ਜੋ ਡਾਕੂਮੈਂਟੇਸ਼ਨ ਰਹਿ ਜਾਂਦੇ ਨੇ ਫਿਲ ਆਊਟ ਕਰਨੇ ਜੋ ਤੁਸੀ ਪੋਰਟ ਆਫ ਐਂਟਰੀ ਜੋ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਹੋਵੋਗੇ ਤੁਹਾਡੇ ਸਟੱਡੀ ਪਰਮਿਟ ਮਿਲੇਗਾ ਥੈਨ ਉਹ ਤੁਸੀਂ ਅਪਲੋਡ ਕਰਨੇ ਨੇ ਉਹ ਡਾਕੂਮੈਂਟਸ ਨੇ ਸਟੱਡੀ ਪਰਮਿਟ T4V ਸਟੈਂਪ ਅਧੇ ਜੋ ਕੋਰਸ ਦੇ ਵਿੱਚ ਇੰਟਰਨਸ਼ਿਪ ਹੋਏਗੀ ਬਟ ਹੁਣ ਤੁਸੀਂ ਟਰੈਵਲ ਕਰੋਗੇ ਕਿਵੇਂ ਕਿਉਂਕਿ ਲੋਇਲਿਸਟ ਕਾਲਜ ਨਾਤਾ ਤੁਹਾਨੂੰ ਇਨਰੋਲਮੈਂਟ ਲੈਟਰ ਪ੍ਰੋਵਾਈਡ ਕਰਦਾ ਹੈ ਤੇ ਨਾ ਹੀ ਟੀਆਰਵੀਸ ਸਟੈਂਪ ਪ੍ਰੋਵਾਈਡ ਕਰਦਾ ਤਾਂ ਉਸ ਦੇ ਲਈ ਇੱਕ ਵੈਬ ਫਾਰਮ ਫਿਲ ਆਊਟ ਕਰਨਾ ਹੁੰਦਾ ਉਹ ਤੁਸੀਂ ਇਸ ਵੀਡੀਓ ਦੇ ਥਰੂ ਲਰਨ ਕਰ ਸਕਦੇ ਹੋ ਕਿਵੇਂ ਫਿਲ ਆਊਟ ਕਰਨਾ ਹੈ ਜਿਹੜਾ ਕਿ ਬਹੁਤ ਮੰਡੇਟਰੀ ਹੈ ਤਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ लेट्स ਗੈਟ ਸਟਾਰਟਡ ਹਾਂਜੀ ਜਿਦਾ ਤੁਸੀਂ ਦੇਖ ਸਕਦੇ ਹੋ ਕਿ ਪ੍ਰੀਵੀਅਸ ਵੀਡੀਓ ਦੀ ਤਰ੍ਹਾਂ ਸਕਰੀਨ ਤੇ ਆ ਗਿਓ ਐਂਡ ਦੈਨ ਮੈਂ ਪ੍ਰੋਸੀਡ ਕਰਾਂਗਾ ਕਮਪਰਸਰ ਖੋਲ ਕੇ ਐਂਡ ਇਹਦੇ ਵਿੱਚ ਮੈਂ ਆਪਣੀ ਈਮੇਲ ਜੋ ਹੋਣਗੀਆਂ ਮੇਰੀਆਂ ਮੈਂ ਕਾਲਜ ਈਮੇਲਸ ਵਗੈਰਾ ਕੀਤੀਆਂ ਸਨ ਉਹ ਮੈਂ ਓਪਨ ਕਰਾਂਗਾ ਹਾਂਜੀ ਈਮੇਲ ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਈ ਹੋਪ ਕਿ ਤੁਹਾਡਾ ਵੀ ਐਵੇਂ ਦਾ ਆਇਆ ਹੋਵੇਗਾ ਕੀ ਰਿਕੁਆਇਰ ਚੇਂजेस ਆਣਿਆ ਨੇ ਕਿਉਂਕਿ ਲੋਇਲਿਸਟ ਕਾਲਜ ਸਪੈਸੀਫਿਕਲੀ ਇਨਰੋਲਮੈਂਟ ਨਹੀਂ ਦੇ ਰਿਆ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਦਾ ਜੋ ਪ੍ਰੋਸੈਸ ਹੈ ਜੋ ਤੁਸੀਂ ਸਟੱਡੀ ਪਰਮਿਟ ਨਹੀਂ ਅਪਲੋਡ ਕੀਤਾ ਤੁਸੀਂ ਟੀਆਰਵੀ ਸਟੈਂਪ ਨਹੀਂ ਅਪਲੋਡ ਕੀਤੀ ਐਂਡ ਜੋ ਕੋਆਪ ਇੰਟਰਨਸ਼ਿਪ ਨਹੀਂ ਅਪਲੋਡ ਕੀਤਾ ਉਸ ਤੋਂ ਪਹਿਲਾਂ ਜੋ ਤੁਸੀਂ ਜਦੋਂ ਰਜਿਸਟ੍ਰੇਸ਼ਨ ਕੀਤੀ ਉਹ ਹਾਫ ਰੈਡ ਦੇ ਵਿੱਚ ਰਹਿ ਗਈ ਰਿਕੁਆਇਰ ਚੇਂਜਸ ਆ ਰਹੀਆਂ ਨੇ ਇਸ ਤੋਂ ਅੱਗੇ ਦਾ ਸਟੈਪ ਕੀ ਹੈ ਇਸ ਤੋਂ ਅੱਗੇ ਸਟੈਪ ਇਹ ਕਹਿ ਰਹੇ ਨੇ ਕਿ ਅਸੀਂ ਉਦੋਂ ਹੀ ਪ੍ਰੋਸੀਡ ਕਰਾਂਗੇ ਜੇ ਤੁਸੀਂ ਸਟੱਡੀ ਪਰਮਿਟ ਅਪਲੋਡ ਕਰੋਗੇ ਜਦੋਂ ਰਜਿਸਟ੍ਰੇਸ਼ਨ ਵਾਲੇ ਪੋਰਟਲ ਤੇ ਠੀਕ ਹੈ ਜੀ ਉਹ ਤੁਸੀਂ ਕਦੋਂ ਕਰਨੀ ਹੈ ਇਨਰੋਲਮੈਂਟ ਕਦੋਂ ਕਰਨੀ ਹੈ ਜਨਵਰੀ 23 ਨੂੰ ਐਂਡ ਹੋਪ ਕਰਦਾਂਗੇ ਸਾਰੇ ਤੁਸੀਂ ਪਹੁੰਚ ਹੀ ਜਾਓਗੇ ਐਂਡ THEN ਤੁਹਾਡੀ ਵਿంటర్ 2023 ਦੀ ਜੋ ਕਲਾਸਾਂ ਹੋਣਗੀਆਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੀ ਜਦੋਂ ਇਹ ਚੀਜ਼ ਆਇਆ ਰਿਕੁਆਇਰ ਚੇਂਜਸ ਆਈਆਂ ਦੈਨ ਮੈਂ ਇੱਕ ਈਮੇਲ ਸੈਂਡ ਕੀਤਾ ਉਹਨਾਂ ਨੂੰ ਕਿ ਮੈਂ ਮੇਰੀ ਪਾਸਪੋਰਟ ਨੰਬਰ ਇਹ ਆ ਐ ਸਟੂਡੈਂਟ ਆਈਡਿਸ ਵਨ ਨੇ ਮੇਰੇ ਕੰਸਰਨ ਇਨ ਰਜਿਸਟ੍ਰੇਸ਼ਨ ਰਿਗਾਰਡਿੰਗ ਮੈਂ ਵੀਜ਼ਾ ਸਟੈਂਪਿੰਗ ਅਪਲੋਡ ਕਰ ਦਿੱਤੀ ਹੈ ਸਟੱਡੀ ਪਰਮਿਟ ਦੀ ਥਾਂ ਤੇ ਮਤਲਬ ਕਿ ਮੈਂ ਉਹਨਾਂ ਨੂੰ ਸਪੈਸੀਫਿਕਲੀ ਇੱਕ ਸਕਰੀਨਸ਼ਾਟ ਵੀ ਸੈਂਡ ਕੀਤਾ ਜਿਸ ਦੇ ਵਿੱਚ ਮੈਂ ਉਹਨਾਂ ਨੂੰ ਆਫ ਦੀ ਜਿਹੜੀ ਕੰਸਰਨ ਨੇ ਉਹ ਤੁਸੀਂ ਇਹ ਕੀ ਜੋ ਪਾਸਪੋਰਟ ਐ ਐਲਓਏ ਐਂਡ ਫੀਸ ਰਸੀਪਟਸ ਨੇ ਉਹ ਮੈਂ ਅਪਲੋਡ ਕਰ ਦਿੱਤੀਆਂ ਨੇ ਇਸ ਰਜਿਸਟ੍ਰੇਸ਼ਨ ਦੇ ਉੱਪਰ ਮੈਂ ਸਟੱਡੀ ਪਰਮਿਟ ਦੀ ਥਾਂ ਤੇ ਮੇਰੇ ਕੋਲ ਨਹੀਂ ਸੀ ਆਇਆ ਸਟੱਡੀ ਪਰਮਿਟ ਐਂਡ ਮੈਂ ਉਹਨਾਂ ਨੇ ਕਿਹਾ ਸੀਗਾ ਕਿ ਇਮੀਗ੍ਰੇਸ਼ਨ ਡਾਕੂਮੈਂਟ ਲੈਟਰ ਜੋ ਵੀ ਰੀਸੀਵ ਹੋਇਆ ਲੇਟੈਸਟ ਉਹ ਤੁਸੀਂ ਅਪਲੋਡ ਕੀਤਾ ਕਰੋ ਸਟੱਡੀ ਪਰਮਿਟ ਦੇ ਉੱਤੇ ਮੈਂ ਅਪਲੋਡ ਕਰ ਦਿੱਤਾ ਸੀਗਾ ਵੀਜ਼ਾ ਸਟੈਂਪਿੰਗ ਕਿਉਂਕਿ ਪੀਪੀਆਰ ਤੋਂ ਬਾਅਦ ਜੋ ਹੁੰਦਾ ਹੈ ਵੀਜ਼ਾ ਸਟੈਂਪਿੰਗ ਦਾ ਪ੍ਰੋਸੈਸ ਹੁੰਦਾ ਹੈ ਵੀਜ਼ਾ ਸਟੈਂਪਿੰਗ ਤੁਹਾਡਾ ਲਾਸਟ ਵਾਲਾ ਸਟੈਪ ਹੁੰਦਾ ਹੈ ਉਹ ਮੈਂ ਸਟੱਡੀ ਪਰਮਿਟ ਦੇ ਉੱਤੇ ਅਪਲੋਡ ਕਰ ਦਿੱਤਾ ਤੇ ਮੇਰੀ ਰਜਿਸਟ੍ਰੇਸ਼ਨ ਹੋਈ ਏ ਕਿ ਨਹੀਂ ਹੋਈ ਠੀਕ ਹੈ ਜੀ ਇਸ ਦੇ ਰਿਗਾਰਡਿੰਗ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਹਨਾਂ ਨੇ ਕਿਹਾ ਫਿਰ ਉਹਨਾਂ ਦਾ ਇੱਕ ਮੈਸੇਜ ਆਇਆ ਤੁਸੀਂ ਵੀ ਇੱਕ ਮੈਸੇਜ ਕਰ ਸਕਦੇ ਹੋ ਕਿ ਕਿ ਜਿਹੜਾ ਤੁਹਾਡਾ ਮੈਂ ਈਮੇਲ ਏ ਉਹ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਦਾ ਕਿ ਇਹ ਜੋ ਈਮੇਲ ਏ ਇਸ ਤੁਸੀਂ ਤੁਸੀਂ ਵੀ ਕਰ ਸਕਦੇ ਹੋ ਸੇਮ ਹੀ ਤੁਸੀਂ ਜੇਕਰ ਤੁਸੀਂ ਸੇਮ ਹੀ ਕਾਪੀ ਪੇਸਟ ਕਰਨਾ ਤੁਸੀਂ ਵੀ ਕਰ ਸਕਦੇ ਹੋ loyallist@toronto campus.tbi college.com ਕਿਉਂਕਿ ਮੇਰਾ ਜੋ ਕਾਲਜ ਸੋ ਟੋਰੰਟੋ ਕੈਂਪਸ ਹੈ ਕੈਂਪਸ ਜੋ ਟੋਰੰਟੋ ਹੈ ਦੈਨ ਮੈਂ ਉਹਨਾਂ ਨੂੰ ਇਹ ਚੀਜ਼ ਪੁੱਛਿਆ ਕਿ ਰਜਿਸਟ੍ਰੇਸ਼ਨ ਮੇਰੀ ਹੋਈ ਕਿ ਨਹੀਂ ਹੋਈ ਦੈਨ ਉਹਨਾਂ ਦਾ ਰਿਪਲਾਈ ਆਇਆ ਕਿ ਜਿਵੇਂ ਤੁਸੀਂ ਕਮੈਂਟ ਦੇ ਵਿੱਚ ਮੈਂਸ਼ਨ ਕਰ ਚੁੱਕੇ ਹੋ ਤਾਂ ਨੂੰ ਸਟਾਫ ਸਬਮਿਟ ਕਰਨਾ ਪਏਗਾ ਸਟੱਡੀ ਪਰਮਿਟ ਆਫਟਰ ਯੂ ਅਰਾਈਵਿੰਗ ਕੈਨੇਡਾ ਤੇ ਫਿਰ ਪ੍ਰਸੀਡ ਕਰਨਾ ਪਏਗਾ ਇਨ ਪਰਸਨ ਇਨਰੋਲਮੈਂਟ ਵੈਰੀਫਿਕੇਸ਼ਨ ਦੇ ਵਿੱਚ ਮੈਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪੁੱਛਿਆ ਕਿ ਮੈਂ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਸੌਰੀ ਮੈਮ ਕਿ ਮੈਂ ਟਰੈਵਲ ਕਰ ਸਕਦਾ ਆਊਟ ਇਨਰੋਲਮੈਂਟ ਲੈਟਰ ਤੋਂ ਉਹਨਾਂ ਨੇ ਮੈਨੂੰ ਇਹ ਚੀਜ਼ ਸਿੰਪਲ ਜੀ ਗੱਲ ਪੁੱਛੀ ਜੇ ਕੀ ਕੀ ਪਤਾ ਕਿ ਬੋਰਡ ਅਫੀਸਰ ਮੈਨੂੰ ਤਾਂ ਪੁੱਛ ਲਈ এনਰੋਲਮੈਂਟ ਲੈਟਰ ਦਾ ਪੁੱਛ ਲਈ ਜਾਂ ਫਿਰ ਟਰੈਵਲ ਸਕੂਲ ਡਾਕੂਮੈਂਟ ਦਾ ਪੁੱਛ ਲਈ ਠੀਕ ਹੈ ਜੀ ਉਸ ਦੇ ਰਿਗਾਰਡਿੰਗ ਮੈਂ ਉਹਨਾਂ ਨੂੰ ਈਮੇਲ ਕੀਤੀ ਥੈਨ ਉਹਨਾਂ ਦਾ ਰਿਪਲਾਈ ਆਇਆ ਕਿ ਤੁਸੀਂ ਇਹ ਕੀ ਇਹ ਸਿਰਫ ਟਰੈਵਲ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਦੇ ਜਿਹੜੇ ਲੋਇਸਟ ਸਕੂਲ ਜੇ ਉਹ ਪ੍ਰੋਵਾਈਡ ਨਹੀਂ ਕਰਦਾ ਟਰੈਵਲ ਡਾਕੂਮੈਂਟਸ ਟਰੈਵਲ ਡਾਕੂਮੈਂਟਸ ਮੀਨਸ এনਰੋਲਮੈਂਟ ਲੈਟਰ ਜਾਂ ਫਿਰ ਟਰੈਵਲ ਲੈਟਰ ਐਂਟਰੀ ਡਾਕੂਮੈਂਟ ਤੁਹਾਨੂੰ ਸਿਰਫ ਰਜਿਸਟਰ ਕਰਨਾ ਪਏਗਾ ਇੱਕ ਹੋਰ ਪੋਰਟਲ ਜਾ ਜੀਵਨ ਦੇਖ ਕੇ ਪਲੀਜ਼ ਰਿਵਿਊ ट्रैवल ਟੂ ਕੈਨੇਡਾ ਉਹਨਾਂ ਨੇ ਇੱਕ ਲਿੰਕ ਸੈਂਡ ਕੀਤਾ ਹੈ ਜੇਕਰ ਤੁਸੀਂ ਵੀ ਈਮੇਲ ਕਰੋਗੇ ਥੈਨ ਉਹ ਤੁਹਾਨੂੰ ਇੱਕ ਤਰ੍ਹਾਂ ਦੀ ਈਮੇਲ ਪ੍ਰੋਵਾਈਡ ਕਰਨਗੇ ਜਿੱਦੇ ਤੇ ट्रैवल ਟੂ ਕੈਨੇਡਾ ट्रैवल ਟੂ ਕੈਨੇਡਾ ਮੈਂ ਓਪਨ ਕਰਾਂਗਾ ਜੇ ਤੁਸੀਂ ਈਮੇਲ ਦੇ ਰਿਗਾਰਡਿੰਗ ਨਹੀਂ ਕਰਨਾ ਤੁਸੀਂ ਸਿੰਪਲ ਲੋਇਲਿਸਟ ਕੋਲੇਜ ਦੀ ਵੈਬਸਾਈਟ ਤੇ ਜਾ ਕੇ ਤੇ ਲਾਸਟ ਤੇ ਜਾ ਕੇ ट्रैवल ਟੂ ਕੈਨੇਡਾ ਵਾਲਾ ਸਭ ਤੋਂ ਪਹਿਲਾਂ ਤੁਸੀਂ ਹੋਮ ਤੇ ਜਾਣਾ ਹੈ ਥੈਨ ਇੰਟਰਨੈਸ਼ਨਲ ਜਾਣਾ ਹੈ ਫਿਰ ਫਿਊਚਰ ਇੰਟਰਨੈਸ਼ਨਲ ਸਟੂਡੈਂਟਸ ਤੇ ਜਾਣਾ ਹੈ ट्रैवल ਟੂ ਕੈਨੇਡਾ ਦਾ ਜਿਹੜਾ ਪੋਰਟਲ ਹੈ ਤੁਸੀਂ ਉੱਥੇ ਆਣਾ ਹੈ ਥੈਨ ਇੱਥੇ ਤੁਹਾਡੀ ਸਾਰੀਆਂ ਕੁਇਰੀਜ਼ ਜੋ ਹੋਣ ਆ ਤੁਸੀਂ ਟ੍ਰੈਵਲ ਕਰਨਾ ਕਰਨਾਂ ਦੇ ਵਿੱਚ ਨੋਲਮੈਂਟ ਦੇ ਰਿਗਾਰਡਿੰਗ ਸਾਰੀ ਕੁਇਰੀਜ਼ ਸੋਲਵ ਹੋਣ ਗਿਆ ਜੇ ਮੈਂ ਨੀਚੇ ਕਰਦਾ ਜਾਵਾਂਗਾ ਤੁਸੀਂ ਦੇਖਦੇ ਜਾਓਗੇ ਕਿ ਇਹ ਇਹਦੇ ਚ ਸਭ ਕੁਝ ਦੇ ਰੱਖਿਆ ਹੈ ਕਿ ਪ੍ਰੂਫ ਆਫ ਕੋਵਿਡ ਵੈਕਸੀਨੇਸ਼ਨ ਰਿਕੁਆਇਰਡ ਨਹੀਂ ਹੈਗੀ ਕੋਈ ਵੈਸੇ ਤਾਂ ਆ ਟ੍ਰੈਵਲਰਸ ਨੇ ਅਕਤੂਬਰ 1 ਤੋਂ 2022 ਤੋਂ ਇਹਨਾਂ ਨੇ ਮੋਡ ਕੀਤਾ ਸੀਗਾ ਕਿ ਕੋਵਿਡ 19 ਜੋ ਵੈਕਸੀਨੇਸ਼ਨ ਰਿਕੁਆਇਰਮੈਂਟ ਨਹੀਂ ਹੈਗੀ ਪ੍ਰੀ ਰੈਂਟਰੀ ਅਰਾਈਵਲ ਟੈਸਟ ਰਿਕੁਆਇਰਮੈਂਟ ਨਹੀਂ ਹੈਗੀ ਕੁਆਰੰਟਾਈਨ ਜੋ ਕਰਦੇ ਸਨ ਉੰਦੀ ਵੀ ਰਿਕੁਆਇਰਮੈਂਟ ਨਹੀਂ ਹੈਗੀ ਉਹ ਨਹੀਂ ਕਰਦੇ arrive can requirement ਨਹੀਂ ਹੈਗੀ ਬਾਕੀ ਸਾਰੇ 에어ਪੋਰਟਸ ਨਹੀਂ ਹੈਗੀ ਬਟ ਟੋਰਾਂਟੋ 피어ਸਨ ਮੈਂਕੂਵਰ ਮੌਂਟਰੀਅਲ ਟ੍ਰੋਡੋ ਇੰਟਰਨੈਸ਼ਨਲ 에어ਪੋਰਟਸ ਤੇ ਤੁਹਾਨੂੰ ਸਟਿਲ ਯੂਜ਼ ਕਰਨਾ ਪਏਗਾ ਤੇ ਐਡਵਾਂਸ ਦੇ ਵਿੱਚ ਤੁਸੀਂ CBSA ਦਾ ਡਿclaretion ਮਤਲਬ ਕਿ ਮੋਨੀਟਰ ਕਰਨਾ ਪਏਗਾ ਜਾਂ ਫਿਰ ਉਹਨੂੰ ਰਜਿਸਟਰ ਕਰਨਾ ਪਏਗਾ ਤੁਹਾਨੂੰ CBSA CBSA ਡਿclaretion ਉਹ ਮੈਂ ਅੱਗੇ ਜਰੂਰ ਵੀਡੀਓਜ਼ ਦੇ ਰਿਗਾਰਡਿੰਗ ਜਰੂਰ ਆ ਟਰਾਈ ਕਰਾਂਗਾ ਬਣਾਉਣ ਦੀ ਦੈਨ ਉਹਨਾਂ ਨੇ ਕਿਹਾ ਕੀ ਐਜ਼ ਆਲਵੇਸ ਟ੍ਰੈਵਲ ਡਾਕੂਮੈਂਟਸ ਨੀਡਡ ਨੇ ਹੈਲਥ ਚੈੱਕਅਪ ਕੋਈ ਨਹੀਂ ਚਾਹਦਾ ਵੈਲਥ ਤੁਹਾਨੂੰ ਮਾਸਕ ਪੈਣ ਨੇ ਪੈਣ ਦੀ ਰਿਕੁਆਇਰਮੈਂਟ ਤਾਂ ਨਹੀਂ ਹੈਗੀ ਬਟ ਥੱਲੇ ਉਹਨਾਂ ਨੇ ਕਹਿ ਕਿ ਤੁਸੀਂ ਸਜੈਸਟ ਕੀਤਾ ਕਿ ਹਾਈ ਕੁਆਲਿਟੀ ਦਾ ਤੁਸੀਂ ਜ਼ਰੂਰ ਪਾਓ ਤੇ ਨਾਲ ਹੀ ਉਹਨਾਂ ਨੂੰ ਨੋਟ ਦਿੱਤਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਕੋਵਿਡ-19 ਦੇ ਕਿਤਨੇ ਕਿਤੇ ਤੁਹਾਨੂੰ ਲੱਗ ਰਿਹਾ ਹੈ ਕੋਵਿਡ-19 ਦਾ ਕਿਤਨੇ ਕਿਤੇ ਥੋੜੀ ਜੀ ਸਿੰਪਟਮਸ ਆ ਰਹੀ ਨੇ ਤਾਂ ਤੁਸੀਂ ਵੀਜ਼ਾ ਆਫੀਸਰਸ ਨੂੰ ਜਾਂ ਫਿਰ ਉੱਥੇ ਜੋ ਕੁਆਰੰਟਾਈਨ ਆਫੀਸਰ ਹੈ ਉਹ ਤੁਹਾਨੂੰ ਸਜੈਸ਼ਨ ਕਰੋ ਆਪ ਦੀ ਕੋਈ ਨਾ ਕੋਈ ਤੰਗੀ ਦੱਸੋ ਹੈਲਥ ਅਸੈਸਮੈਂਟ ਕਰਵਾਓ ਆਪ ਦਾ ਉਸ ਜੀ ਰਿਗਾਰਡਿੰਗ ਥੈਨ ਇਸ ਨੂੰ ਸਟਫ ਨੂੰ ਉੱਪਰ ਕਰਦੇ ਹੋਏ ਟਰੈਵਲ ਟੂ ਕੈਨੇਡਾ ਦਾ ਜੋ ਇੱਕ ਸਪੈਸੀਫਿਕ ਸੈਕਸ਼ਨ ਹੈ ਤੁਸੀਂ ਦੇਖ ਸਕਦੇ ਹੋ ਕਿ ਟਰੈਵਲ ਟੂ ਕੈਨੇਡਾ ਵੈਕਸੀਨੇਸ਼ਨ ਰਿਕੁਆਇਰਮੈਂਟ ਦੀ ਹੈਗੀ ਕਿ ਨਹੀਂ ਹੈਗੀ ਤੁਸੀਂ ਇੱਕ ਇੱਕ ਕਰਕੇ ਚੈੱਕ ਕਰ ਸਕਦੇ ਹੋ ਵੈਕਸੀਨੇਸ਼ਨ ਰਿਕੁਆਇਰਮੈਂਟ ਨਹੀਂ ਹੈਗੀ ਉਹ ਵੀ ਰਿਕੁਆਇਰਮੈਂਟ ਨਹੀਂ ਹੈਗੀ ਬੁਕਿੰਗ ਫਲਾਈਟਸ ਬੁਕਿੰਗ ਫਲਾਈਟਸ ਦਾ ਤੁਸੀਂ ਦੇਖ ਸਕਦੇ ਹੋ ਕਿ ਅਰਾਈਵਲ ਡੇਟਸ ਕਰਦੋ ਨੇ ਦਸੰਬਰ 9 2022 ਮਤਲਬ ਕਿ 10 ਦਸੰਬਰ ਤੋਂ ਬਾਅਦ ਬਾਅਦ ਜਾਂ ਫਿਰ 9 ਦਸੰਬਰ ਤੋਂ ਬਾਅਦ ਬਾਅ ਓਰੀਐਂਟੇਸ਼ਨ ਦਾ ਕਦੋਂ ਹੈ ਜਨਵਰੀ 9 ਨੂੰ ਮੇਰੀ ਜੋ ਓਰੀਐਂਟੇਸ਼ਨ ਹੈ ਆਈ ਹੋਪ ਕਿ ਤੁਹਾਡੀ ਤੁਸੀਂ ਵਿంటర్ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੀ ਜਨਵਰੀ 9 ਨੂੰ ਹੈ ਤੇ ਜਦੋਂ ਜਿਹੜੀ ਰੈਜਿਸਟ੍ਰੇਸ਼ਨ ਦੀ ਹੈ ਉਹ ਜਨਵਰੀ 23 ਦੀ ਹੈ ਕਿ ਸਟੂਡੈਂਟਸ ਨੂੰ ਐਂਟਰ ਹੋਣਾ ਪਏਗਾ ਪ੍ਰੈਸੈਂਟ ਹੋਣਾ ਚਾਹੀਦਾ ਕਲਾਸ ਦੇ ਵਿੱਚ 23 ਜਨਵਰੀ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਲੇਟ ਦੇ ਫਿਰ ਕੋਈ ਨਾ ਕੋਈ ਉਹਨਾਂ ਦਾ ਐਕਸ਼ਨ ਹੁੰਦਾ ਉਸ ਦੇ ਰਿਗਾਰਡਿੰਗ ਥੈਨ ਜਦੋਂ ਤੁਹਾਨੂੰ انرੋਲਮੈਂਟ ਨਹੀਂ ਮਿਲਿਆ ਤੁਹਾਨੂੰ ਉਸ ਟਰੈਵਲ ਸਪੋਰਟ ਲੈਟਰ ਨਹੀਂ ਮਿਲਿਆ ਤੁਸੀਂ ਟਰੈਵਲ ਕਿਵੇਂ ਕਰੋਗੇ ਤੁਸੀਂ ਇਹ ਤੋਂ ਦਿੱਤੋਂ ਟੋਰਾਂਟੋ ਜਾਉਂਗੇ ਕਿੱਦਾਂ ਤਾਂ ਉਸ ਦੇ ਲਈ ਸਪੈਸੀਫਿਕਲੀ ਉਹਨਾਂ ਨੇ ਮੈਂਸ਼ਨ ਕਰ ਰੱਖਿਆ ਤੇ ਹਰ ਇੱਕ ਵਾਰੀ ਉਹ ਮੈਂਸ਼ਨ ਕਰਦੇ ਨੇ ਕਿ ਹਾਊ ਟੂ ਰਜਿਸਟਰ ਟ੍ਰੈਵਲ ਜੋ ਇਹ ਪੋਰਸ਼ਨ ਹੈ ਤੁਸੀਂ ਇਹਦੇ ਤੇ ਜਾਣਾ ਥੈਨ ਇਹਦੇ ਚ ਜੋ ਟ੍ਰੈਵਲ ਟੂ ਕੈਨੇਡਾ ਵੈਬ ਫਾਰਮ ਹੈ ਤੁਸੀਂ ਉਹ ਫਿਲ ਆਊਟ ਕਰਨਾ ਉਹਨਾਂ ਸਪੈਸੀਫਿਕਲੀ ਲਿਖਿਆ ਵੀ ਹੈ ਕਿ ਲੋਇਲਿਸਟ ਕਾਲਜ ਵਿਲ ਨੋਟ ਪ੍ਰੋਵਾਈਡਿੰਗ ਟ੍ਰੈਵਲ ਡਾਕੂਮੈਂਟ ਫੋਰ ਐਂਟਰੀ ਟੂ ਕੈਨੇਡਾ ਮਤਲਬ ਕੀ ਹੋ ਟ੍ਰੈਵਲ ਡਾਕੂਮੈਂਟਸ ਕਿਹੜੇ-ਕਿਹੜੇ ਹੋਗੇ ਐਨਰੋਲਮੈਂਟ ਲੈਟਰ ਐਂਡ ਟ੍ਰੈਵਲ ਸਪੋਰਟ ਲੈਟਰ ਇਹ ਦੋ ਡਾਕੂਮੈਂਟਸ ਨਹੀਂ ਪ੍ਰੋਵਾਈਡ ਨਹੀਂ ਕਰਦਾ ਤੁਸੀਂ ਜੇਕਰ ਟਰੈਵਲ ਕਰ ਰਹੇ ਹੋ ਤੁਸੀਂ 15 ਦੀ ਤੁਹਾਡੀ ਫਲਾਈਟ ਹੈ 25 ਦੀ ਫਲਾਈਟ ਹੈ 30 ਦੀ ਫਲਾਈਟ ਹੈ 20 ਦੀ ਫਲਾਈਟ ਹੈ 11 ਦੀ ਫਲਾਈਟ ਹੈ ਜਿਹਦੀ ਜਦੋਂ ਦੀ ਫਲਾਈਟ ਹੈ ਤੁਹਾਨੂੰ ਟਰੈਵਲ ਟੂ ਕੈਨੇਡਾ ਦਾ ਵੈਬ ਫਾਰਮ ਭਰਨਾ ਪਏਗਾ ਐਸ ਸੂਨ ਐਸ ਮਤਲਬ ਕਿ ਜਿੰਨੇ ਚਿਰ ਦੀ ਹੋ ਸਕੇ ਉਹਨਾਂ ਜਲਦੀ ਤੁਸੀਂ ਟਰੈਵਲ ਟੂ ਕੈਨੇਡਾ ਦਾ ਫੈਬ ਫਾਰਮ ਤੁਸੀਂ ਜ਼ਰੂਰ ਭਰ ਦਿਓ ਇਸ ਦੇ ਉੱਪਰ ਲਿਖਿਆ ਵੀ ਹੈ ਕਿ CBSA ਜੋ ਵੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈ ਉਹਨਾਂ ਨੂੰ ਐਂਟਰ ਕਰਨ ਦੀ 4 ਵੀਕਸ ਐਂਟਰੋ ਨੇ ਪੈਣਗੇ ਮਤਲਬ ਕਿ ਤੁਹਾਡੇ ਕੋਲ ਟਾਈਮਿੰਗ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ 10 ਤੋਂ ਕਲਾਸਾਂ ਸਟਾਰਟ ਨੇ ਉਸ ਤੋਂ 4 ਵੀਕਸ ਪਹਿਲਾਂ ਤੁਸੀਂ ਆ ਸਕਦੇ ਹੋ ਠੀਕ ਹੈ ਜੀ ਉਸ ਤੋਂ ਪਹਿਲਾਂ ਜੇ ਕਰਾਉਂਗੇ ਤਾਂ ਕਿਤੇ ਨਾ ਕਿਤੇ ਡਿਫਿਕਲਟੀਜ਼ ਆਣਗੇ ਤੁਹਾਨੂੰ ਬਾਰਡਰ ਅਫਸਰ ਆਪਦੇ ਕੁਐਸਚਨ ਉਸ ਦੇ ਰਿਗਾਰਡਿੰਗ ਕਰੇਗਾ ਤਾਂ ਤੁਹਾਨੂੰ ਉਹਦੇ ਦੱਸਨੇ ਪੈਣਗੇ 4 ਵੀਕ ਤੋਂ ਪਹਿਲਾਂ ਆਣਿਓ ਤਾਂ ਉਸ ਦੇ ਰਿਗਾਰਡਿੰਗ ਕੋਈ ਰੇਣੀ ਜਿਹੀ ਡਿਫਿਕਲਟੀ ਨਹੀਂ ਆਉਂਦੀ ਉਸ ਤੋਂ ਬਾਅਦ ਜੇਕਰ ਹੁਣ ਦੇਖਿਓ ਮੈਂਡਿਟਰੀ ਹੈ ਉਹਨਰ ਟਰੈਵਲ ਰਜਿਸਟ੍ਰੇਸ਼ਨ ਜੋ ਹੈਗਾ ਇਹੇ ਵੈਬ ਫਾਰਮ ਤੁਹਾਨੂੰ ਇਹਦੇ ਤੇ ਜਾਣ ਨੂੰ ਤੁਸੀਂ ਟਰੈਵਲ ਟੂ ਕੈਨੇਡਾ ਵੈਬ ਫਾਰਮ ਤੇ ਜਾਣਾ ਹੈ ਦੈਨ ਇੱਕ ਹੋਰ ਪੋਰਟਲ ਹੋਏਗਾ ਜੋ ਇਨਰੋਲਮੈਂਟ ਨਹੀਂ ਮਿਲਿਆ ਐਂਡ ਟਰੈਵਲ ਸਪੋਰਟ ਡਾਕੂਮੈਂਟ ਨਹੀਂ ਮਿਲਿਆ ਲੋਇਲਿਸਟ ਕਾਲਜ ਵਾਸਤੇ ਸਪੈਸੀਫਿਕਲੀ ਇਹ ਸਿਰਫ ਕੋ ਲੋਇਲਿਸਟ ਕਾਲਜ ਦਾ ਹੈ ਕੀ ਇਹ ਤੁਹਾਨੂੰ ਵੈਬ ਫਾਰਮ ਭਰਨਾ ਪਏਗਾ ਹੁਣ ਸਪੈਸੀਫਿਕਲੀ ਇਹਨਾਂ ਲਿਖਿਆ ਹੈ ਕਿ ਆਈ ਹੈਵ ਰੀਸੀਵਡ ਵੀਜ਼ਾ ਅਪਰੂਵਲ ਟੂ ਐਂਟਰ ਕੈਨੇਡਾ ਹੈਵ ਅਪਲੋਡਡ ਮਾਈਸ ਪ੍ਰੂਫ ਓਮ ਅਪਲੀਕੇਸ਼ਨ ਓਨ ਦਾ ਪੋਰਟਲ ਇਹ ਤੁਹਾਨੂੰ ਸਾਰੇ ਸਿਲੈਕਟ ਕਰਨੇ ਨੇ ISA ਪੋਰਟਲ ਉਹੀ ਹੁੰਦਾ ਕਿ ontariocolleges.ca ਦਾ ਜੇ ਤੁਸੀਂ ontario ਦੇ ਵਿੱਚ colleges ਨੇ ਇਹ ਤਾਂ ਸਪੈਸੀਫਿਕਲੀ ਲੋਇਲਿਸਟ ਕੋਲਜ ਤਾਂ ontario ਦੇ ਵਿੱਚ ਹੀ ਹੈ provinse ਦੇ ਵਿੱਚ ਤੇ ISA ਪੋਰਟਲ ਉਹਦਾ ਬਣਦਾ ਹੈ ontariocolleges.ca ਦਾ ਕੁਝ ਕਰਕੇ ਬਣਦਾ ਉਹਦਾ ਚ ਪੋਰਟਲ ਹੁੰਦਾ ਜੇ ਤੁਹਾਡੇ ਅਸੈਂਟ ਨੇ ਤੁਹਾਨੂੰ ਨਹੀਂ ਪ੍ਰੋਵਾਈਡ ਕੀਤਾ ਤੁਸੀਂ ਆਸਕ ਕਰ ਸਕਦੇ ਹੋ ਉਸ ਚੀਜ਼ ਵਾਸਤੇ then i am providing at least 5 business days notice before my travel in canada ਜਿੰਨਾਂ ਦੀ ਫਲਾਈਟਸ 15 ਤਰੀਕ ਦੀ ਹੈ 20 ਤਰੀਕ ਦੀ ਹੈ 25 ਤਰੀਕ ਦੀ ਹੈ ਉਹ ਦੇ ਵਾਸਤੇ ਮਤਲਬ ਕਿ ਮੈਂ ਇਹ ਚੀਜ਼ ਦੱਸ ਰਿਹਾ ਕਿ ਮੈਂ 5 ਦਿਨ ਪਹਿਲਾਂ ਆ ਰਿਹਾ ਮਤਲਬ ਕਿ 5 ਦਿਨ ਦਾ ਗੈਪ ਹੋ ਰਿਹਾ ਮੇਰੇ ਟਰੈਵਲ ਦੇ ਵਿੱਚ ਤਾਂ ਇਹ ਪੜਨਾ ਪਏਗਾ ਤੁਹਾਨੂੰ ਟਰੈਵਲ ਟੂ ਕੈਨੇਡਾ ਦਾ ਵੈਬ ਫਾਰਮ ਥੈਨ ਅੱਗੇ ਜਾ ਸਾਰਾ ਕੁਝ ਆਏਗਾ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਪਾਲਿਸੀ ਵੀ ਹੈ ਜੋ ਜਨਵਰੀ 1 ਤੋਂ ਕਿ ਇਨੈਕਟ ਹੋਏਗੀ 1.65 ਡਾਲਰ ਜੋ ਹੋਣਗੇ ਉਹਦੇ ਪੇ ਕਰਨੇ ਪੈਣਗੇ ਥੈਨ ਮਾਈ ਸਟੂਡੈਂਟ ਜੋ ਮਾਈ ਸਟੂਡੈਂਟ ਸਟੇਟਸ ਆਈਡੀ ਹੈ ਉਹਦੇ ਤੁਸੀਂ ਕਲਿੱਕ ਕਰੋਗੇ ਨਿਊ ਸਟੂਡੈਂਟ ਆਰ ਐਂਟਰੀ ਦੇ ਹਾਂਜੀ ਗਿਵਨ ਨੇਮ ਜੋ ਹੋਏਗਾ ਮੇਰਾ ਗਿਵਨ ਨੇਮ ਹੈਗਾ ਜੀ ਜੇ ਜੀ ਪੀ ਆਰ ਡਬਲ ਯੂ ٹی ਐਸ ਆਈ ਐਨ ਜੀ ਐਚ ਸਪੈਸੀਫਿਕਲੀ ਮੇਰਾ ਜਗਪ੍ਰੀਤ ਸਿੰਘ ਹੈ ਸਪੇਸ ਪਾ ਕੇ ਕੋਈ ਮੇਰਾ ਫਸਟ ਨੇਮ ਫੈਮਿਲੀ ਨੇਮ ਨਹੀਂ ਆਏਗਾ ਮੈਂ ਲਿਖਵਾਇਆ ਨਹੀਂ ਮੈਂ ਇੱਥੇ ਮੈਂਸ਼ਨ ਨਹੀਂ ਕੀਤਾ ਆਪਣੇ ਪਾਸਵਰਡ ਤੇ ਤਾਂ ਮੈਂ ਬਲੈਂਕ ਹੀ ਰੱਖਾਂਗਾ ਥੈਨ ਕੰਟਰੀ ਆਫ ਬਰਥ ਆਬਵੀਅਸਲੀ ਇੰਡੀਆ ਥੈਨ ਜੋ ਸਟੂਡੈਂਟ ਨੰਬਰ ਹੋਏਗਾ ਸਟੂਡੈਂਟ ਨੰਬਰ ਉਹ ਹੀ ਆਏਗਾ ਤੁਹਾਡਾ ਆਫਰ ਲੈਟਰ ਤੇ ਜੋ ਵੀ ਹੈ ਜਾਂ ਫਿਰ ਐਲਓਏ ਤੇ ਜੋ ਵੀ ਹੋਏਗਾ ਉਹ ਤੁਸੀਂ ਮੈਂਸ਼ਨ ਕਰਨਾ ਇੱਥੇ ਪੰਸੋ ਕੁਛ ਕਰਕੇ ਹੋਏਗਾ ਅਲੱਗ-ਅਲੱਗ ਹੋਏਗਾ ਮੇਰਾ ਮੈਂ ਕਨਫੀਡੈਂਸ਼ੀਅਲ ਰੱਖਾਂਗਾ ਓਬਵੀਅਸਲੀ ਤੁਹਾਨੂੰ ਨਹੀਂ ਇਹ ਸ਼ੋ ਹੋ ਰਿਹਾ ਹੋਏਗਾ ਫਿਲ ਕਰਨ ਤੋਂ ਬਾਅਦ ਸਟੂਡੈਂਟ ਨੰਬਰ ਮੈਂ ਐਗਜ਼ੈਕਟਲੀ ਫਿਲ ਕਰ ਚੁੱਕਾ ਐਂਡ ਦੈਨ ਉਸ ਤੋਂ ਬਾਅਦ ਜੋ ਹੋਏਗਾ ਜੈਂਡਰ ਦਾ ਪ੍ਰੋਸੈਸ ਓਬਵੀਅਸਲੀ ਮੇਲ ਤੋਂ ਕਰਕੇ ਨੈਕਸਟ ਜੋ ਹੋਏਗਾ ਡੇਟ ਆਫ ਬਰਥ ਡੇਟ ਆਫ ਬਰਥ ਉਹਨਾਂ ਨੇ ਫਾਰਮੈਟ ਦੇ ਰਿਖਿਆ ਐਮ ਐਮ ਡੀ ਡੀ ਵਾਈ ਵੇ ਐਮ ਐਮ ਮੰਥ ਮੰਥ ਜੋ ਮੰਤ ਜੋ ਹੈਗਾ ਜੀ एंड एंड स्लैश बाकी टैशी ईमेल मैनशन कर तो बाद में अब पहला ईमेल ऐड करा ईमेल करने तो बादलैस कैंपस होगा मेरा कोलज कैंपस केड़ा है तो कैंपस मेरा टोरंटो है जो मेरे प्रोग्राम का नाम की है मेरे प्रोग्राम का नाम है जी वायरलैस इनफॉर्मेशन नैटवर्किंग ਸੈਮੈਸਟਰ 1 ਵਾਸਤੇ ਯੂਰ ਵਟਸਐਪ ਨੰਬਰ ਇਨਕਲੂਡਿੰਗ ਕੰਟਰੀ ਕੋਡ ਵਟਸਐਪ ਨੰਬਰ ਮੈਂ ਅਪਡੇਟ ਕਰਾਂਗਾ ਆਪਦਾ ਅਗੇਨ ਇਹ ਵੀ ਕਨਫਿਡੈਂਸ਼ੀਅਲੀ ਇਹ ਵੀ ਤੁਹਾਨੂੰ ਵਿਜੀਬਲ ਨਹੀਂ ਹੋ ਰਿਹਾ ਹੋਵੇਗਾ ਐਂਡ THEN ਜੇਕਰ I would like to arrange a quarantine plan for family member ਨਹੀਂ ਕੋਈ ਫੈਮਿਲੀ ਮੈਂਬਰ ਮੇਰੇ ਨਾਲ ਨਾਲ ਨਹੀਂ ਜਾ ਰਿਹਾ ਤਾਂ ਨੋ ਕਰਾਂਗਾ ਜੀ ਮਾਈ ਅਰਾਈਵਲ ਡੇਟ ਟੂ ਕੈਨਡਾ ਇਜ਼ ਸਪੈਸੀਫਿਕਲੀ ਠੀਕ ਹੈ ਜੀ ਫਲਾਈਟ ਜਦੋਂ ਤੁਸੀਂ ਉੱਥੇ ਲੈਂਡ ਕਰਗੇ ਉਸ ਦੀ ਤੁਸੀਂ ਇੱਥੇ ਦੱਸਣਾ ਜਦੋਂ ਤੁਸੀਂ ਉਹਨਾਂ ਨੇ ਸਪੈਸੀਫਿਕਲੀ ਦਿੱਤਾ ਵੀ ਆਇਆ ਕਿ ਪਲੀਜ਼ ਸਪੈਸੀਫਾਈ ਦ ਡੇਟ ਯੂ ਯੂਰ ਫਲਾਈਟ ਵਿਲ ਲੈਂਡ ਇਨ ਕੈਨੇਡਾ ਉਸ ਦਾ ਫਾਰਮੈਟ ਦੇ ਰੱਖਿਆ ਮਨਥ ਫਰਸਟ ਆਏਗਾ ਜੀ ਮੇਰੀ ਅਰਾਈਵਲ ਡੇਟ ਹੈ ਮੈਂ ਉਹ ਮੈਂਸ਼ਨ ਕਰਾਂਗਾ ਅਰਾਈਵਲ ਡੇਟ ਨੂੰ ਮੈਂਸ਼ਨ ਕਰਨ ਤੋਂ ਬਾਅਦ ਤੁਸੀਂ ਫਿਰ ਆਏਗਾ ਜੀ ਪਿਕਅਪ ਸਰਵਿਸਿਜ਼ ਤੁਸੀਂ ਨੋ ਹੀ ਕਰਨੇ ਨੇ ਮੋਸਟਲੀ ਤਾਂ ਯਾਰ ਦੋਸਤ ਆ ਹੀ ਜਾਂਦੇ ਨੇ ਫਰੈਂਡਸ ਵਗੈਰਾ ਆ ਹੀ ਜਾਂਦੇ ਨੇ ਲੈਣ ਵਾਸਤੇ ਤੇ ਮੈਂ ਵੀ ਅਗੇਨ ਨੋ ਹੀ ਕਰ ਰਿਹਾ ਵੈਕਸੀਨੇਸ਼ਨ ਸਟੇਟਸ ਹੋਏਗਾ ਜ਼ੀਰੋ ਡੋਸਸ ਆਫ ਵੈਕਸੀਨੇਸ਼ਨ ਸਟੇਟਸ ਤਾਂ ਇਹ ਤੁਸੀਂ ਜਰੂਰ ਅ ਅਪਲੋਡ ਕਰਨੀਆਂ ਨੇ ਟੂ ਡੋਸਸ ਆਫ ਵੈਕਸੀਨੇਸ਼ਨ ਤਾਂ ਉਹ ਕਹਿਣਗੇ ਕਿ ਤੁਸੀਂ ਸਬਮਿਟ ਕਰੋ ਅ ਭਾਰਤ ਬਾਇਓਟੈਕ ਦਾ ਜੋ ਹੈਗਾ ਉਹ ਮੇਰੇ ਮੈਡੀਸਨ ਦਾ ਹੈਗਾ ਜੀ ਕਿਉਂਕਿ ਹੋਰ ਕੋਈ ਆ ਨਹੀਂ ਰਿਹਾ ਜਿਹੜਾ ਕੋਵਿਡ ਸ਼ੀਲਡ ਹੈ ਸਾਰਾ ਕੁਝ ਕੋਵੈਕਸਿਨ ਉਹ ਸਾਰਾ ਕੁਝ ਆ ਰਿਹਾ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਟੂ ਡੋਸਸ ਲਵਾ ਰਹੇ ਨੇ ਕੋਵਿਡ 19 ਦੀ ਹੈ ਥੈਨ ਇਹ ਹੈਗੀ ਜੀ ਕੋਵਿਡ ਸ਼ੀਲਡ ਦੀ ਠੀਕ ਹੈ ਜੀ ਭਾਰਤ ਬਾਇਓਟੈਕ ਦੀ ਕੋਵੈਕਸਿਨ ਵੀ ਹੁੰਦੀ ਹੈ ਇੱਕ ਤਰ੍ਹਾਂ ਦੀ ਬਟ ਮੇਰੀ ਜੋ ਹੈਗੀ ਕੋਵਿਡ ਸ਼ੀਲਡ ਦੀ ਮੈਂ ਦੋਨੋਂ ਸਿਲੈਕਟ ਕਰਤੀਆਂ ਨੇ ਆਫੀਸ਼ੀਅਲ ਚੈੱਕ ਇਨ ਕਰ ਲੈਣਗੇ ਦੈਨ ਮੈਂ ਆਪਣੀ ਫਾਈਲ ਅਪਲੋਡ ਕਰਾਂਗਾ ਜਿੱਥੇ ਵੀ ਮੇਰੀ ਬੀ ਹੋਏਗੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਮੈਂ ਇੰਟਰਨੈਸ਼ਨਲ ਕਰ ਰਿਹਾ ਅਪਲੋਡ ਤੇ ਅਪਲੋਡ ਕਰਨ ਤੋਂ ਬਾਅਦ ਇਹ ਮੈਕਸਿਮਮ ਫਾਈਲ ਸਾਈਜ਼ 200 MB ਹੈ ਤਾਂ ਆਬਵੀਅਸਲੀ ਹੋ ਜੇਗੀ ਪੀਡੀਐਫ ਫਾਰਮ ਦੇ ਵਿੱਚ ਜਦੋਂ ਤੁਸੀਂ ਇਹ ਟਰੈਵਲ ਟੂ ਕੈਨੇਡਾ ਦਾ ਵੈਬ ਫਾਰਮ ਭਰਤਾ ਦੈਨ ਤੁਸੀਂ ਇਹਦੇ ਸਬਮਿਟ ਕਰ ਦੇਣਾ ਤੁਹਾਨੂੰ ਕੋਈ ਈਮੇਲ ਰਿਗਾਰਡਿੰਗ ਨਹੀਂ ਆਈ ਬਸ ਸਿਰਫ ਇਹ ਤੁਹਾਡਾ ਟਰੈਵਲ ਪਲਾਨ ਸੈੱਟ ਕਰ ਦੇਣਗੇ ਇਹ ਕੁਐਰੀਜ਼ ਲੱਗਦੀ ਰਹਿਣਗੀਆਂ ਤਾਂ ਤੁਸੀਂ ਇਹ ਜੀ ਜ਼ਰੂਰ ਅਪਲੋਡ ਕਰ ਦੇਣੀ ਇਹ ਚੀਜ਼ ਇਹਨਾਂ ਤੋਂ ਤੁਹਾਨੂੰ ਆ ਜਾਏਗਾ ਕੀ ਥੈਂਕਸ ਫੋਰ ਰਜਿਸਟਰਿੰਗ ਯੂ ਟ੍ਰੈਵਲ ਟੂ ਦਾ ਟ੍ਰੈਵਲ ਟੂ ਕੈਨੇਡਾ ਵੈਬ ਫੋਮ ਤੁਹਾਨੂੰ એનਰੋਲਮੈਂਟ ਲੈਟਰ ਨਹੀਂ ਮਿਲਿਆ ਜਾਂ ਫਿਰ ਟ੍ਰੈਵਲ سپورਟ ਡਾਕੂਮੈਂਟ ਨਹੀਂ ਮਿਲਿਆ ਤਾਂ ਤੁਸੀਂ ਰਜਿਸਟਰ ਜਰੂਰ ਕਰਨਾ ਇਹ ਵੈਬ ਫਾਰਮ ਜਿਵੇਂ ਜਿਵੇਂ ਪ੍ਰੋਸੈਸ ਦੱਸਿਆ ਹੈ ਤਾਂ ਤੁਸੀਂ ਟਰਾਈ ਕਰਿਓ ਉਵੇਂ ਕਰਨ ਦੀ ਐਂਡ ਰਿਕਵੈਸਟ ਕੁਈ ਦੇ ਵਿੱਚ ਹੈ ਮਤਲਬ ਲਾਈਨ ਦੇ ਵਿੱਚ ਹੈ ਤਾਂ 5 ਤੋਂ 10 ਬਿਜ਼ਨਸ ਡੇ ਦੇ ਵਿੱਚ ਮੈਨੂੰ ਇਸ ਦੇ ਰਿਗਾਰਡਿੰਗ ਈਮੇਲ ਆ ਜਾਏਗੀ ਜੇਕਰ ਤੁਹਾਡਾ ਪਲਾਨ 15 15 ਫਰਵਰੀ 23 ਦਾ ਜੋ ਡੇਟ ਤੁਸੀਂ ਲੈ ਰੱਖੀ ਆ ਆਪਣੀ ਫਲਾਈਟ ਵਗੈਰਾ ਦੀ ਤਾਂ ਤੁਸੀਂ ਜੇ ਜਲਦੀ ਕਰ ਸਕਦੇ ਹੋ ਐਂਡ ਉਸ ਦੇ ਰਿਗਾਰਡਿੰਗ ਜੋ ਈਮੇਲ ਵਗੈਰਾ ਹੈ ਉਹ ਤੁਹਾਨੂੰ ਜਲਦੀ ਤੋਂ ਜਲਦੀ ਆ ਜਾਏਗੀ ਨੈਕਸਟ ਸਟੈਪ ਕੀ ਹੋਏਗਾ ਤਾਂ ਇੱਕ ਤਰ੍ਹਾਂ ਦਾ ਇੰਸ਼ੋਰੈਂਸ ਪ੍ਰੋਵਾਈਡਰ ਹੋਏਗਾ ਉਹ ਵੀ ਤੁਹਾਨੂੰ ਮਿਲ ਜੇਗਾ ਤੁਹਾਨੂੰ ਈਮੇਲ ਆ ਜਾਏਗੀ guard.me ਦੇ ਰਿਗਾਰਡਿੰਗ ਜਦੋਂ ਤੁਹਾਡਾ ਐਕਟੀਵੇਟ ਹੋ ਗਿਆ ਜਦੋਂ ਤੁਸੀਂ ਮੇਰੀ ਜੋ ਡੇਟ ਆਫ ਅਰਾਈਵ ਹੋਗੀ ਪਹੁੰਚ ਦੀ ਡੇਟ ਬਹੁਤ ਦੂਰ ਹੈ ਹਜੇ ਤੇ ਉਸ ਦੇ ਰਿਗਾਰਡਿੰਗ ਇਹ ਮੈਨੂੰ ਉਸ ਈਮੇਲ ਭੇਜਣਗੇ ਜੇਕਰ ਤੁਹਾਡੀ ਜਲਦੀ ਤੁਸੀਂ ਬੁੱਕ ਕਰਵਾ ਰਹੀਏ ਤਾਂ ਤੁਸੀਂ ਇਹ ਜਲਦੀ ਪਹੁੰਚ ਜਾਓਗੇ ਐਂਡ ਇਹ ਜੋ ਦਾ ਪ੍ਰੋਸੈਸ ਏ ਇਹ ਤੁਹਾਡਾ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਤੁਹਾਨੂੰ ਈਮੇਲ ਇਸ ਦੇ ਰਿਗਾਰਡਿੰਗ ਕੀ ਤੁਸੀਂ ਅਲਰੋਲਮੈਂਟ ਲੈਟਰੀ ਆ ਫਿਰ ਰਜਿਸਟ੍ਰੇਸ਼ਨ ਦੇ ਰਿਗਾਰਡਿੰਗ ਤਾਂ ਤੁਸੀਂ ਇਹ ਟ੍ਰੈਵਲ ਟੂ ਕੈਨੇਡਾ ਵਾਲਾ ਵੈਬ ਫਾਰਮ ਇਹ ਜਰੂਰ ਭਰਨਾ ਹੈ ਤੇ ਬਾਕੀ ਸਾਰਾ ਕੁਝ ਇਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕਰ ਰੱਖਿਆ ਹੈ ਮੈਡੀਟਰੀਲੀ ਹੈਲਥ ਹੈਲਥ ਇੰਸ਼ੋਰੈਂਸ ਵਗੈਰਾ ਕੀ ਕੀ ਲੈ ਕੇ ਆਉਣਾ ਹੈ ਇੰਟਰ ਟੂ ਐਂਟਰੀ ਕੈਨੇਡਾ ਡਾਕੂਮੈਂਟ ਕਿਹੜੇ ਕਿਹੜੇ ਲਿਸਟ ਲਿਸਟ ਆਫ ਡਾਕੂਮੈਂਟਸ ਨੇ ਤੁਸੀਂ ਲੈ ਕੇ ਆਏ ਨੇ ਪੋਰਟਲ ਵਗੈਰਾ ਜੋ ਵੀ ਹੈਗਾ ਜੋ ਵੀ ਕੈਂਪਸ ਹੈ ਡਿਫਰੈਂਟ ਡਿਫਰੈਂਟ ਕੈਂਪਸ ਨੇ ਮੇਰਾ ਟੋਰਾਂਟੋ ਕੈਂਪਸ ਹੈ ਮੈਂ ਟੋਰਾਂਟੋ ਕੈਂਪਸ ਦੇ ਵਿੱਚ ਮੈਂਸ਼ਨ ਕਰਾਂਗਾ ਆਪਦਾ ਕੋਈ ਨਾ ਕੋਈ ਚੈੱਕ ਇਨ ਕਰਾਂਗਾ ਠੀਕ ਹੈ ਜੀ ਜੇਕਰ ਕੋਈ ਹੋਰ ਤੁਹਾਨੂੰ ਕੁਐਸਚਨ ਹੋਣ ਕਿਸੇ ਚੀਜ਼ ਰਿਗਾਰਡਿੰਗ ਉਹਨਾਂ ਸਪੈਸੀਫਿਕਲੀ ਮੇਲ ਦੇ ਰੱਖੀ ਹੈ ਕਿ ਤੁਹਾਨੂੰ ਇਸ ਤੋਂ ਆਏਗਾ ਈਮੇਲ ਤੁਸੀਂ ਕਰ ਸਕਦੇ ਹੋ ਐਂਡ ਇਸ ਦੇ ਰਿਗਾਰਡਿੰਗ ਹੀ ਇਸ ਦੇ ਤੋਂ ਹੀ ਤੁਹਾਨੂੰ ਮੈਸੇਜ ਆਏਗਾ ਆਈ ਹੋਪ ਕਿ ਤੁਸੀਂ ਇਹ ਪੋਰਟਲ ਜ਼ਰੂਰ ਅਕਸੈਸ ਕਰ ਲੋਗੇ ਐਂਡ ਇਸ ਤੋਂ ਬਾਅਦ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਆਪਣੀ ਇਨਕੁਆਰੀ ਸੋਲਵ ਹੋ ਗਈ ਹੋਣੀਗੀ ਆਈ ਹੋਪ ਇਹ ਤੁਹਾਨੂੰ ਇਸ ਵੀਡੀਓ ਦੇ ਥਰੂ ਕੁਝ ਨਾ ਕੁਝ ਇਨਫੋਰਮੇਸ਼ਨ ਮਿਲੀ ਹੋਏਗੀ ਜੇਕਰ ਇਹ ਵੀਡੀਓ ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਾਜੀ ਵੀ ਕੋਈ ਕੈਨੇਡਾ ਸਟੱਡੀ ਵੀਜ਼ਾ ਰਿਗਾਰਡਿੰਗ ਕਿਸੇ ਵੀ ਪ੍ਰੋਸੈਸ ਦੇ ਰਿਗਾਰਡਿੰਗ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਆਪਦੀ ਬਿਹਾਰਫ ਤੇ ਆਪਦੀ ਨੋਲਿਜ ਦੇ ਅਕੋਰਡਿੰਗ ਮੈਂ ਬੈਸਟ ਟ੍ਰਾਂਸਪੋਰਟ ਕਰਨ ਦੀ ਕੋਸ਼ਿਸ਼ ਕਰਾਂ